ਲੋਕ ਸਭਾ ਚੋਣਾਂ ਤੋਂ ਪਹਿਲਾਂ GST ਵਿਭਾਗ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ। ਦੱਸਦੀਏ ਕਿ GST ਵਿਭਾਗ ਦੇ ਵੱਲੋਂ 5 ਕਿਲੋ ਦੇ ਕਰੀਬ ਸੋਨੇ ਨੂੰ ਜ਼ਬਤ ਕੀਤਾ ਗਿਆ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਜੋ GST ਵਿਭਾਗ ਹੈ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ, ਤਾਂ ਉਸਦੇ ਆਧਾਰ ਦੇ ਉੱਤੇ ਜਦੋਂ ਪੁਲਿਸ ਦੇ ਨਾਲ ਮਿਲ ਕੇ ਨਾਕੇਬੰਦੀ ਕੀਤੀ ਗਈ ਤਾਂ ਇੱਕ ਵੈਗਨਾਰ ਗੱਡੀ ਦੇ ਵਿੱਚੋਂ ਇੱਕ ਸ਼ਖਸ ਦੇ ਕੋਲੋਂ 5 ਕਿਲੋ ਸੋਨਾ ਬਰਾਮਦ ਹੋਇਆ, ਜਿਸ ਦੀ ਕਿ ਬਾਜ਼ਾਰ ਦੇ ਵਿੱਚ ਕੀਮਤ 3,82,00,000 ਰੁਪਏ ਦੱਸੀ ਜਾ ਰਹੀ ਹੈ। ਹਾਲਾਂਕਿ ਉਸ ਸੋਨੇ ਨੂੰ ਹੁਣ ਪੁਲਿਸ ਦੇ ਵੱਲੋਂ ਜ਼ਬਤ ਕਰ ਲਿਆ ਗਿਆ ਤੇ ਜਾਂਚ ਇਸ ਦੀ ਕੀਤੀ ਜਾ ਰਹੀ ਹੈ ਕਿ ਆਖਰ ਇਹ ਸੋਨਾ ਆਇਆ ਕਿੱਥੋਂ ਹੈ। ਹਾਲਾਂਕਿ ਮੁੱਢਲੀ ਜਾਣਕਾਰੀ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਸੋਨਾ ਇੱਕ ਲੁਧਿਆਣਾ ਦੇ ਜਵੈਲਰ ਦਾ ਦੱਸਿਆ ਜਾ ਰਿਹਾ, ਜਿਸ ਦਾ ਕਿ ਜਵੈਲਰੀ ਦਾ ਕੰਮ ਹੈ, ਤਾਂ ਉਸ ਨੂੰ ਹੁਣ ਦੇਖਦੇ ਹੋਏ ਲਗਾਤਾਰ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਤਾਂ ਜਲੰਧਰ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਪੁਲਿਸ ਦੇ ਵੱਲੋਂ 3 ਕਰੋੜ ਰੁਪਏ ਦਾ ਸੋਨਾ ਇਹ ਜ਼ਬਤ ਕੀਤਾ ਗਿਆ। ਦੱਸ ਦਈਏ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਖਤਾਈ ਕੀਤੀ ਜਾ ਰਹੀ ਹੈ, ਨਾਕੇਬੰਦੀ ਕੀਤੀ ਜਾ ਰਹੀ ਹੈ, ਚੈਕਿੰਗਾਂ ਚੱਲ ਰਹੀਆਂ ਨੇ, ਤਾਂ ਇਸੇ ਦੇ ਦੌਰਾਨ GST ਵਿਭਾਗ ਦੇ ਕੋਲ ਇੱਕ ਗੁਪਤ ਸੂਚਨਾ ਮਿਲੀ ਸੀ ਕਿ 5 ਕਿਲੋ ਸੋਨੇ ਦੇ ਨਾਲ ਇੱਕ ਸ਼ਖਸ ਕਾਰ ਦੇ ਵਿੱਚ ਜਾ ਰਿਹਾ, ਤਾਂ ਜਦੋਂ ਮੌਕੇ ਦੇ ਉੱਤੇ ਜਾ ਕੇ ਨਾਕੇਬੰਦੀ ਕਰਕੇ ਉਸ ਸ਼ਖਸ ਦੀ ਤਲਾਸ਼ੀ ਲਈ ਤਾਂ ਉਸਦੇ ਕੋਲੋਂ 5 ਕਿਲੋ ਸੋਨਾ ਜ਼ਬਤ ਕੀਤਾ ਗਿਆ, ਜਿਸ ਦੀ ਕਿ ਬਾਜ਼ਾਰ ਦੇ ਵਿੱਚ ਕੀਮਤ 3,82,00,000 ਰੁਪਏ ਹੈ। ਹਾਲਾਂਕਿ ਲੁਧਿਆਣਾ ਦੇ ਇੱਕ ਜਵੈਲਰ ਦਾ ਇਹ ਸੋਨਾ ਦੱਸਿਆ ਜਾ ਰਿਹਾ, ਪਰ ਲਗਾਤਾਰ ਪੁਲਿਸ ਦੇ ਵੱਲੋਂ ਹੁਣ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਆਖਰ ਇਹ ਸੋਨਾ ਆਇਆ ਕਿੱਥੋਂ ਹੈ, ਕੀ ਇਹ ਸੋਨਾ ਲੀਗਲ ਹੈ ਜਾਂ ਇਨਲੀਗਲ ਹੈ, ਇਸ ਦੇ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ GST ਵਿਭਾਗ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ। ਦੱਸਦੀਏ ਕਿ GST ਵਿਭਾਗ ਦੇ ਵੱਲੋਂ 5 ਕਿਲੋ ਦੇ ਕਰੀਬ ਸੋਨੇ ਨੂੰ ਜ਼ਬਤ ਕੀਤਾ ਗਿਆ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਜੋ GST ਵਿਭਾਗ ਹੈ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ, ਤਾਂ ਉਸਦੇ ਆਧਾਰ ਦੇ ਉੱਤੇ ਜਦੋਂ ਪੁਲਿਸ ਦੇ ਨਾਲ ਮਿਲ ਕੇ ਨਾਕੇਬੰਦੀ ਕੀਤੀ ਗਈ ਤਾਂ ਇੱਕ ਵੈਗਨਾਰ ਗੱਡੀ ਦੇ ਵਿੱਚੋਂ ਇੱਕ ਸ਼ਖਸ ਦੇ ਕੋਲੋਂ 5 ਕਿਲੋ ਸੋਨਾ ਬਰਾਮਦ ਹੋਇਆ, ਜਿਸ ਦੀ ਕਿ ਬਾਜ਼ਾਰ ਦੇ ਵਿੱਚ ਕੀਮਤ 3,82,00,000 ਰੁਪਏ ਦੱਸੀ ਜਾ ਰਹੀ ਹੈ। ਹਾਲਾਂਕਿ ਉਸ ਸੋਨੇ ਨੂੰ ਹੁਣ ਪੁਲਿਸ ਦੇ ਵੱਲੋਂ ਜ਼ਬਤ ਕਰ ਲਿਆ ਗਿਆ ਤੇ ਜਾਂਚ ਇਸ ਦੀ ਕੀਤੀ ਜਾ ਰਹੀ ਹੈ ਕਿ ਆਖਰ ਇਹ ਸੋਨਾ ਆਇਆ ਕਿੱਥੋਂ ਹੈ। ਹਾਲਾਂਕਿ ਮੁੱਢਲੀ ਜਾਣਕਾਰੀ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਸੋਨਾ ਇੱਕ ਲੁਧਿਆਣਾ ਦੇ ਜਵੈਲਰ ਦਾ ਦੱਸਿਆ ਜਾ ਰਿਹਾ, ਜਿਸ ਦਾ ਕਿ ਜਵੈਲਰੀ ਦਾ ਕੰਮ ਹੈ, ਤਾਂ ਉਸ ਨੂੰ ਹੁਣ ਦੇਖਦੇ ਹੋਏ ਲਗਾਤਾਰ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਤਾਂ ਜਲੰਧਰ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਪੁਲਿਸ ਦੇ ਵੱਲੋਂ 3 ਕਰੋੜ ਰੁਪਏ ਦਾ ਸੋਨਾ ਇਹ ਜ਼ਬਤ ਕੀਤਾ ਗਿਆ। ਦੱਸ ਦਈਏ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਖਤਾਈ ਕੀਤੀ ਜਾ ਰਹੀ ਹੈ, ਨਾਕੇਬੰਦੀ ਕੀਤੀ ਜਾ ਰਹੀ ਹੈ, ਚੈਕਿੰਗਾਂ ਚੱਲ ਰਹੀਆਂ ਨੇ, ਤਾਂ ਇਸੇ ਦੇ ਦੌਰਾਨ GST ਵਿਭਾਗ ਦੇ ਕੋਲ ਇੱਕ ਗੁਪਤ ਸੂਚਨਾ ਮਿਲੀ ਸੀ ਕਿ 5 ਕਿਲੋ ਸੋਨੇ ਦੇ ਨਾਲ ਇੱਕ ਸ਼ਖਸ ਕਾਰ ਦੇ ਵਿੱਚ ਜਾ ਰਿਹਾ, ਤਾਂ ਜਦੋਂ ਮੌਕੇ ਦੇ ਉੱਤੇ ਜਾ ਕੇ ਨਾਕੇਬੰਦੀ ਕਰਕੇ ਉਸ ਸ਼ਖਸ ਦੀ ਤਲਾਸ਼ੀ ਲਈ, ਤਾਂ ਉਸਦੇ ਕੋਲੋਂ 5 ਕਿਲੋ ਸੋਨਾ ਜ਼ਬਤ ਕੀਤਾ ਗਿਆ, ਜਿਸ ਦੀ ਕਿ ਬਾਜ਼ਾਰ ਦੇ ਵਿੱਚ ਕੀਮਤ 3,82,00,000 ਰੁਪਏ ਹੈ। ਹਾਲਾਂਕਿ ਲੁਧਿਆਣਾ ਦੇ ਇੱਕ ਜਵੈਲਰ ਦਾ ਇਹ ਸੋਨਾ ਦੱਸਿਆ ਜਾ ਰਿਹਾ, ਪਰ ਲਗਾਤਾਰ ਪੁਲਿਸ ਦੇ ਵੱਲੋਂ ਹੁਣ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਆਖਰ ਇਹ ਸੋਨਾ ਆਇਆ ਕਿੱਥੋਂ ਹੈ, ਕੀ ਇਹ ਸੋਨਾ ਲੀਗਲ ਹੈ ਜਾਂ ਇਨਲੀਗਲ ਹੈ, ਇਸ ਦੇ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।